ਕੀ ਹਾਲ ਹੈ ਤੁਹਾਡਾ? ਠੀਕ ਠਾਕ ਹੋ? ਮੇਰਾ ਹਾਲ ਠੀਕ ਹੈ। ਲੱਗਦਾ ਨਹੀਂ ਮੈਨੂੰ ਠੀਕ। ਮੇਰਾ ਹਾਲ ਠੀਕ ਹੈ। ਲੱਗਦਾ ਨਹੀਂ ਮੈਨੂੰ ਠੀਕ। ਚਾਰੇ ਕੋਈ ਪੋਛੋ ਨਹੀਂ, ਕੋਈ ਟਾਂਡੇ ਨਹੀਂ ਆ, ਬਾਰਿਸ਼ਾਂ ਹੁਣ ਹੋਈਆਂ ਤੇ ਜਨਾਬ ਹੁਣ ਜਨਾਬ ਕਣਕਾਂ ਸ਼ਨਕਾਂ ਫੇਟਣ ਮਾਸ਼ਾਅੱਲਾ ਮਾਸ਼ਾਅੱਲਾ ਤਾਂ ਤੱਕੋ ਫਿਰ ਅੱਗੂ ਕੀ ਬਣਦਾ। ਅੱਛਾ ਅੱਛਾ ਤੁਸੀਂ ਅੱਗੂ ਇਹ ਦੱਸੋ ਜਨਾਬ ਮਾਸ਼ਾਅੱਲਾ ਕਿਤੇ ਡੰਗਰ ਤੁਹਾਡੇ? ਆ ਜਨਾਬ ਜਰਾਲ ਕੀ ਹੁਣ ਪੁੱਛੋ ਪੁੱਛਨੇ ਤੁਹਾਡੇ ਡੰਗਰ ਤੁਹਾਡੇ ਕਿੰਨੇ ਜਨਾਬ? ਜਨਾਬ ਡੰਗਰ 9 9 ਮਾਸ਼ਾਅੱਲਾ 9 ਜਾਨਵਰ ਇਹਨਾਂ ਦੇ ਜਨਾਬ, ਇਹ ਪਸ਼ੂ ਸਾਰੇ ਤੁਹਾਡੇ ਹੀ ਜਨਾਬ? ਜੀ 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 ਸਾਡੇ। ਅੱਛਾ ਤਾਂ ਕਿੰਨੀਆਂ ਬੱਕਰੀਆਂ ਰੱਖੀਆਂ ਤੁਸੀਂ? ਬੱਕਰੀਆਂ ਨਾ ਭੈਣ ਕੋਈ 9-10 9-10 ਬੱਕਰੀਆਂ ਵੀ ਆਣ ਇਹਨਾਂ ਦੀ ਮਾਸ਼ਾਅੱਲਾ, ਮਾਲ ਮਵੇਸ਼ੀ ਚੰਗਾ ਇਹਨਾਂ ਦਾ ਤਾਂ ਨਾ ਨਹੀਂ ਪੁੱਛਣੇ ਜਾ ਰਿਹਾ ਕਿ ਨਾ ਨਾ ਸਾਜਦ ਹੈ ਸਾਜ ਸਾਹਿਬ ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਤੇ ਜਨਾਬ ਰੋਜ਼ਾ ਸੁਦਾ ਰੱਖਿਆ ਤੁਸੀਂ ਕੋਈ ਨਹੀਂ? ਨਹੀਂ ਜਨਾਬ ਰੋਜ਼ਾ ਨਹੀਂ ਰੱਖਿਆ। ਰੋਜ਼ਾ ਜਨਾਬ ਕੋਈ ਰੱਖਿਆ ਕਿਉਂਕਿ ਜ਼ਹਿਰ ਹੈ ਫਿਰ ਰੱਖਿਆ ਵੀ ਨਹੀਂ ਆਦਾ ਫਿਰ ਝੂਠ ਵੀ ਮਾਰ। ਹਾਂਜੀ ਇਹ ਗੱਲ ਬਿਲਕੁਲ ਠੀਕ ਕਹਿ ਰਹੇ ਜਨਾਬ, ਵੀ ਰੱਖਿਆ ਵੀ ਨਹੀਂ ਪਰ ਝੂਠ ਵੀ ਮਾਰੇ, ਅੱਛੀ ਬਾਤ ਨਹੀਂ। ਰਮਜ਼ਾਨ ਦੱਸੋ ਮੈਨੂੰ ਕਿ ਤੁਸੀਂ ਬਟਾਲਾ ਇਲਾਕਾ ਜਿਹੜਾ ਇਥੋਂ ਬਾਰਡਰ ਕਿੰਨੀ ਕੁ ਦੂਰ ਹੈ ਜਨਾਬ? ਬਾਰਡਰ ਸਾਹਮਣੇ ਭੱਬੀਆਂ ਕੋਲ ਹੈ। ਅੱਛਾ ਕੋਲ ਹੀ ਨਜ਼ਦੀਕ ਹੀ ਇਸ ਮਤਲਬ ਹੈ ਜੀ ਜੀ। ਜ਼ਿਆਦਾ ਦੂਰ ਨਹੀਂ ਹੈ ਜੀ ਜੀ। ਇਹ ਜਿੱਥੇ ਤੁਸੀਂ ਖੜੋਤੇ ਹੋ ਅਸੀਂ ਇਹ ਪੀਰ ਮੰਗਾ ਦਰਬਾਰ ਹੈ। ਆ ਪੀਰ ਮੰਗਾ ਦਰਬਾਰ ਹੈ। ਅੱਛਾ ਉਹ ਸਾਹਮਣੇ ਬੋਰਡ ਹੈ ਪੀਰ ਮੰਗਾ ਦਾ। ਠੀਕ ਹੈ ਜਨਾਬ। ਹਾਂ ਤੇ ਤੁਸੀਂ ਕਿੰਨੀ ਦੇਰ ਇੱਥੇ ਚਰਾਉਂਦੇ ਹੋ ਜਾਨਵਰ? 5 ਵਜੇ ਤੱਕ। 5 ਵਜੇ ਤੱਕ? ਹਾਂ ਇਸ ਦਾ ਮਤਲਬ ਹੈ ਰੋਜ਼ੇ ਦੇ ਨਜ਼ਦੀਕ ਹੀ ਜਗ੍ਹਾ ਤੁਸੀਂ? ਹਾਂਜੀ ਹਾਂਜੀ। ਰੋਜ਼ਾ ਚੋ ਰੱਖਿਆ ਕੋਈ ਨਹੀਂ ਹੁੰਦਾ ਫਿਰ ਵੀ ਕਿਹਨੂੰ ਪਤਾ? ਨਹੀਂ ਗੱਲ ਹੈ ਕੋਈ ਕਾਪ ਪਾਣੀ ਚਾਹੀ ਰੱਖਿਆ ਉਹਦਾ ਕੋਲ? ਨਹੀਂ ਪਾਣੀ ਚਾਹੀ ਕੋਈ ਨਹੀਂ। ਤਾਂ ਰੋਟੀ ਛੋਟੀ ਖੰਦੇ ਹੋ? ਨਾ ਨਾ ਰੋਟੀ ਕੋਈ ਨਹੀਂ। ਰੋਟੀ ਵੀ ਕੋਈ ਨਹੀਂ? ਦੇਖ ਲਓ ਜਨਾਬ ਭੁੱਖੇ ਭਾਣੇ ਹੁੰਦੇ ਨੇ ਜਨਾਬ ਔਰ ਦਿਹਾੜੀ, ਠੀਕ ਹੈ, ਰੋਟੀ ਵੀ ਨਹੀਂ ਖੰਦੇ ਪਾਣੀ ਵੀ ਨਹੀਂ ਪੀਂਦੇ, ਇਸ ਤਰ੍ਹਾਂ ਰੋਜ਼ੇ ਰੱਖ ਲੈਂਦਾ ਬੰਦਾ ਉਹ ਚੰਗਾ ਜਨਾਬ। ਜਲਾਲ ਸਾਹਿਬ ਵੀ ਖੜੋਤੇ ਨੇ ਜਨਾਬ। ਰਾਜਾ ਸਾਹਿਬ ਕੀ ਹਾਲ ਹੈ ਤੁਹਾਡਾ? ਠੀਕ ਠਾਕ ਹੋ? ਮੇਰਾ ਹਾਲ ਠੀਕ ਹੈ। ਲੱਗਦਾ ਨਹੀਂ ਮੈਨੂੰ। ਮੇਰਾ ਹਾਲ ਠੀਕ ਹੈ। ਲੱਗਦਾ ਨਹੀਂ ਮੈਨੂੰ ਠੀਕ ਹੈ ਤੁਹਾਡਾ ਜਨਾਬ। ਉਹ ਖੜੋ ਤੇ ਸੀ ਪਤਾ ਨਸ ਕੇ ਉਹ ਇਧਰ ਆ ਜਨਾਬ ਕੀ ਕਰਦੇ? ਲੋ ਜੀ ਬੰਦੇ ਨਸ ਰਹੇ ਨੇ ਕੈਮਰੇ ਕੋਈ ਜਨਾਬ ਦੱਸਣਾ ਨਹੀਂ ਚਾਹ ਰਹੇ ਕਿ ਹਾਲ ਉਹਨਾਂ ਦਾ ਕੈਸਾ ਹੈ ਤੇ ਉਹ ਦੱਸ ਗਏ ਨੇ ਜਲਾਲ ਸਾਹਿਬ ਹਾਲ ਨਹੀਂ ਠੀਕ। ਸਾਜਦ ਸਾਹਿਬ ਬਹੁਤ ਸ਼ੁਕਰੀਆ ਜਨਾਬ ਤੁਹਾਡਾ। ਬਿਲਕੁਲ ਜੀ ਠੀਕ ਹੈ ਜਨਾਬ, ਤੁਸੀਂ ਆਪਣੀ ਮਿਹਨਤ ਕਰੋ, ਮਿਹਨਤ ਕਰਨੀ ਚਾਹੀਦੀ, ਕੋਈ ਹਰਜ ਨਹੀਂ ਇਸ ਦੇ ਵਿੱਚ। ਠੀਕ ਹੈ ਜਨਾਬ, ਮੈਨੂੰ ਵੀ ਕੋਈ 10-12 ਡੰਗਰ ਸ਼ੰਗਰ ਲੈ ਦਿਓ। ਠੀਕ ਹੈ ਜਨਾਬ। ਤੇ ਕੀ ਹਾਲ ਹੈ ਤੁਹਾਡਾ ਜਨਾਬ? ਠੀਕ ਠਾਕ। ਠੀਕ ਠਾਕ ਹੋ? ਰੋਜ਼ੇ ਰੱਖਦੇ ਹੋ? ਜੀ ਅੱਜ ਨਹੀਂ ਰੱਖਿਆ। ਸ਼ੁਕਰੀਆ ਨਜ਼ਰ ਆ ਰਿਹਾ ਤੇਰਾ ਰੋਜ਼ਾ ਰੱਖੀ ਕੋਈ ਨਹੀਂ ਤੂੰ ਜਨਾਬ, ਸੱਚ ਬੋਲ ਗਿਆ, ਬੜੀ ਗੱਲ ਹੈ ਮਾਸ਼ਾਅੱਲਾ ਸੱਚ ਬੋਲ ਗਿਆ ਜਨਾਬ। ਤੇ ਅੱਛਾ ਅੱਗੂ ਰੱਖੋਗੇ ਕੋਈ ਨਹੀਂ? ਇਨਸ਼ਾਅੱਲਾ ਕੱਲ ਤੂੰ ਫਿਰ ਕੱਲ ਤੂੰ ਰੱਖਾਂਗਾ। ਅੱਜ ਠੰਡਾ ਮੌਸਮ ਆ, ਤੂੰ ਕਿਉਂ ਰੱਖਿਆ? ਕੱਲ ਵੀ ਰੱਖਿਆ, ਅੱਜ ਛੋੜ ਛੜਿਆ ਬਿਮਾਰ। ਅੱਜ ਕਿ ਛੋੜਿਆ? ਬਿਮਾਰ ਆ। ਕੀ ਹੋਇਆ ਤੁਹਾਨੂੰ ਪੇਟ ਹੀ ਦਰਦ? ਹਾਂ ਕੀ ਹੋਇਆ? ਪੇਟ ਹੀ ਦਰਦ ਹੈ ਮੇਰੇ ਜਨਾਬ, ਤੇ ਅਸ ਅੱਜ ਰੋਜ਼ਾ ਨਹੀਂ ਰੱਖਿਆ ਇਸ ਵਜ੍ਹਾ ਤੋਂ ਅਸੀਂ। ਨਾਮ ਅਲਹਮਦੁਲਿਲਾ ਜਨਾਬ, ਆਪ ਸੁਣਾਏ ਕੀ ਹਾਲ ਹੈ? ਨਾਮ ਤੁਹਾਡਾ ਕਿਹੜਾ ਨਾਮ ਤੁਹਾਡਾ ਜਨਾਬ? ਅਮਾਦ ਭਾਈ। ਅਮਾਦ ਭਾਈ? ਜੀ ਜੀ। ਅਸਲਾਮ ਅਲੈਕੁਮ। ਅੱਛਾ ਹੋਰ ਸੁਣਾਓ, ਕਿੱਧਰੋਂ ਆ ਰਹੇ ਹੋ ਜਨਾਬ? ਜੀ ਮੈਂ ਘਰ ਤੋਂ ਜਾ ਰਿਹਾ ਮਸਜਿਦ। ਮਸਜਿਦ ਜਨਾਬ ਦੀ? ਮਾਸ਼ਾਅੱਲਾ ਮਸਜਿਦ ਨਮਾਜ਼ ਪੜਨ ਜਾ ਰਹੇ ਨੇ ਮਾਸ਼ਾਅੱਲਾ ਜਨਾਬ, ਸਾਨੂੰ ਲੈ ਚਲੋਗੇ ਨਾਲ? ਜੀ ਸਰ ਆਏ। ਅੱਛਾ ਅੱਛਾ ਕਿੱਥੇ ਪਾਲਣ ਜਨਾਬ? ਇਹ 5-7 ਪਿੱਛੇ ਬੈਠੇ ਨੇ ਤੁਹਾਡੇ ਜਨਾਬ? ਚਲਾਉਣ ਤੁਸੀਂ? ਨਹੀਂ ਅਸੀਂ ਚਲਾਣਾ ਨਹੀਂ ਜਨਾਬ, ਪਰ ਪਿੱਛੇ ਹੀ ਪਿਆਣਾ ਸੀ। ਅੱਛਾ ਤੁਸੀਂ ਹੋਰ ਸੁਣਾਓ, ਰੋਜ਼ੀ ਹੋਏ ਕਿੱਥੇ ਜਾ ਰਹੇ ਨੇ? ਅਲਹਮਦੁਲਿਲਾ ਬਿਹਤਰੀਨ ਜਾ ਰਹੇ। ਠੀਕ ਜਾ ਰਹੇ ਨੇ ਮਾਸ਼ਾਅੱਲਾ? ਕਿ ਨਹੀਂ ਦੀ ਅੱਛੀ ਨਾਲੇ ਪੀਰਾ ਪੂਰਾ ਪੂਰਾ ਮਹੀਨਾ ਸਾਡੇ ਕੋਲ ਹੀ ਮਾਸ਼ਾਅੱਲਾ, ਤੇ ਅੱਲਾਹ ਪਾਕ ਖੈਰ ਕਰੇ ਜਨਾਬ। ਅੱਜ ਦੂਸਰਾ ਚਲਾ ਜਾ ਤੇ ਅੱਲਾਹ ਪਾਕ ਖੈਰ ਕਰੀ ਰੱਖੇਗਾ ਜਨਾਬ। ਤੇ ਤੇਰਾ ਪਿਛਲਾ ਵੀ ਪੜ ਰਹੀ ਹੈ ਨਮਾਜ਼ ਪੜ ਰਹੀ ਹੈ? ਅਲਹਮਦੁਲਿਲਾ ਤੁਹਾਡੇ ਨਾਲ ਹੀ ਹੁੰਦੇ। ਅੱਛਾ ਅੱਛਾ ਲੰਗਰ ਸ਼ੰਗਰ ਠੀਕ ਚੱਲਦਾ ਫਿਰ ਹੈ? ਨਹੀਂ ਇਤਨਾ ਕੋਈ ਨਹੀਂ, ਨਜ਼ਰ ਆ ਰਹੇ ਹੈ ਮਾਸ਼ਾਅੱਲਾ, ਅੰਨਾ ਕੋਈ ਨਹੀਂ। ਪਕੌੜੇ ਸ਼ਕੌੜੇ ਤੁਸੀਂ ਮੇਰੇ ਯਾਰ, ਮਤਲਬ ਪਰਾਤ ਸ਼ਰਾ 2-3 ਦਾ ਖਾ ਲਈ? 2-3 ਬੜੇ ਨੇ, ਪਰਾਤ ਕੀ ਕਰਨੀ ਜੇ? 2-3 ਪਰਾਤਾਂ ਜਨਾਬ ਕਹਿ ਰਹੇ ਨੇ ਕਿ 2-3 ਪਰਾਤਾਂ, 2-3 ਪਰਾਤਾਂ ਸੀ ਜਨਾਬ, ਕਿਤੇ ਨਹੀਂ ਜਾਣ ਦਿੰਦੇ ਜਨਾਬ। ਠੀਕ ਹੈ ਤੇ ਸਹਿਰੀ ਕਿਹਦੇ ਨਾਲ ਕਰਦੇ ਹੋ? ਸਹਿਰੀ ਜਨਾਬ ਦਹੀਂ ਨਾਲ ਹੀ ਬਸ। ਇਹ 2 ਮਣ ਦਹੀਂ ਖਾ ਜਾਂਦੇ ਨੇ ਜਨਾਬ, ਤੱਕਦੇ ਤੱਕਰੇ ਤੁਸੀਂ ਤੱਕਰੇ ਤੁਸੀਂ ਜਾਣ ਤੱਕ ਲਓ ਇਹਨਾਂ ਦੀ ਕਿ ਇਤਨੀ ਦਾ ਨਾ ਕਰਦੇ ਹੀ ਹੋਣਗੇ ਜਨਾਬ। ਅਸਲਾਮ ਅਲੈਕਮ ਜਨਾਬ, ਕੀ ਹਾਲ ਹੈ? ਵਾਲੇਕਮ ਸਲਾਮ, ਸ਼ੁਕਰ ਅੱਲਾ, ਠੀਕ ਠਾਕ ਹੋ ਜਨਾਬ? ਜ਼ਬਰਦਸਤ ਮਾਸ਼ਾਅੱਲਾ। ਰੋਜ਼ੇ ਕਿੱਥੇ ਜਾ ਰਹੇ ਨੇ? ਜ਼ਬਰਦਸਤ ਜਨਾਬ। ਅੱਛਾ ਕਿੱਧਰ ਜਾ ਰਹੇ ਨੇ, ਕਿੱਧਰ ਭੇਜੂਗਾ? ਰੋਜ਼ੇ ਫਿਲਹਾਲ ਇੱਥੇ ਨੇ। ਅੱਛਾ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ, ਮਹੀਨਾ ਕਿੱਥੇ ਨੇ ਜਨਾਬ? ਅੱਛਾ ਠੀਕ ਹੈ ਠੀਕ ਹੈ, ਕਹਿੰਦੇ ਰੋਜ਼ਾ ਇੱਥੇ ਨਾਲੇ ਮਹੀਨਾ ਕਿ ਜਨਾਬ, ਘਬਰਾਉਣਾ ਨਹੀਂ ਤੁਸੀਂ। ਤੇ ਰੋਜ਼ੇਦਾਰ ਜਿਹੜੇ ਤੁਸੀਂ ਜਨਾਬ, ਬੇਰੋਜ਼ ਜਿਹੜੇ ਨੇ ਉਹ ਕੰਨ ਖੋਲ ਕੇ ਸੁਣ ਲਵਣ ਜਨਾਬ। ਅੱਛਾ ਉਹਨੇ ਸੁਣਾਓ ਕੀ ਸੁਣਾਉਂਦੇ? ਨਹੀਂ ਨਹੀਂ ਰੋਜ਼ਾ ਰੱਖਣਾ ਚਾਹੀਦਾ ਕਿਉਂਕਿ ਇਹੀ ਤਾਂ ਮਹੀਨਾ ਸਾਡੇ ਮੁਸਲਮਾਨਾਂ ਕੋਲ ਬਰਕਤ ਵਾਲਾ, ਜਿਹਦੇ ਸਾਨੂੰ ਡੇਰੋ ਨੇਕੀਆਂ ਕਮਾਣੀਆਂ ਚਾਹੀਦੀਆਂ। ਹਰ ਬੰਦੇ ਚਾਹੀਦਾ ਰੋਜ਼ਾ ਰੱਖਣਾ। ਮਾਸ਼ਾਅੱਲਾ ਜਨਾਬ, ਹਰ ਬੰਦੇ ਰੋਜ਼ਾ ਰੱਖਣਾ ਚਾਹੀਦਾ, ਠੀਕ ਹੈ, ਕੰਨ ਖੋਲ ਕੇ ਸੁਣ ਲਓ ਜਨਾਬ। ਤੇ ਇਹ ਨਾ ਹੋਇਆ ਜਨਾਬ ਸਵੇਰਾ ਤੁਸੀਂ ਜਨਾਬ ਰੋਜ਼ਾ ਨਾ ਰੱਖੋ। ਤੇ ਮਾਸ਼ਾਅੱਲਾ ਇਸ ਮੌਸਮ ਕਿ ਹੈ, ਲੈ ਜ਼ਬਰਦਸਤ ਮੌਸਮ ਹੈ। ਮੌਸਮ ਅੱਜ ਮਾਸ਼ਾਅੱਲਾ ਬਹੁਤ ਅੱਛਾ ਨਾ ਮੌਸਮ ਹੈ ਜਨਾਬ, ਤੇ ਇਸ ਮੌਸਮ ਇਸ ਤਰ੍ਹਾਂ ਦਾ ਮੌਸਮ ਤੇ ਹੋਣਾ ਚਾਹੀਦਾ ਜਨਾਬ, ਤੇ ਰੋਜ਼ਾ ਇਤਨਾ ਤੰਗ ਨਹੀਂ ਕਰਦਾ। ਬਿਲਕੁਲ ਸਹੀ, ਤੇ ਰੱਖਣਾ ਚਾਹੀਦਾ ਸਾਰੀ ਰੋਜ਼ਾ। ਹਾਂਜੀ ਗੱਲ ਬਿਲਕੁਲ, ਕੋਈ ਇਤਨਾ ਤੰਗ ਨਹੀਂ ਕਰ ਰਿਹਾ ਰੋਜ਼ਾ ਫਿਲਹਾਲ ਕਿਉਂਕਿ ਮੌਸਮ ਸਾਫ ਹੈ, ਮਜ਼ੇ ਦਾ ਮੌਸਮ ਆ ਜੀ। ਜ਼ਬਰਦਸਤ ਮੌਸਮ ਹੈ ਜਨਾਬ, ਬਾਰਿਸ਼ ਵੀ ਬਣੀ ਹੈ। ਹਾਂਜੀ ਗੱਲ, ਤੇ ਅੱਲਾ ਕਰੇ ਹੋ ਜੇ ਤੇ ਇਨਸ਼ਾਅੱਲਾ ਮਜ਼ੇ ਹੋ ਜਾਣ। ਇਨਸ਼ਾਅੱਲਾ ਤੇ ਪਕੌੜੇ ਤੇ
ਉਹ ਇਹਨਾਂ ਦਾ ਕੱਪ ਸਮਝੋ ਵੱਡਾ ਹੀ ਹੁੰਦਾ ਜਨਾਬ ਇਹ ਠੀਕ ਹੈ ਆ ਕੱਪ ਚਲੋ ਵੱਡਾ ਹੀ ਲਾ ਲਓ ਆ ਡਰਮ ਨੇ ਡਰਮੇ ਦਾ 15-20 ਪਰੌਂਠੇ ਛੁੱਟੇ ਹੋ ਗਏ ਜਨਾਬ ਮੋਟਰਸਾਈਕਲ ਅਸਲਾਮ ਅਲੈਕਮ ਜਨਾਬ ਕੀ ਹਾਲ ਚਾਲ ਹੈ ਸੇਸ਼ੇ ਠੀਕ ਹੈ ਜਨਾਬ ਬੈਠੇ ਰਹੋ ਤਕਲੀਫ ਨਾ ਕਰੋ ਜਨਾਬ ਰੋਜ਼ੇ ਤੂੰ ਅਸਲਾਮ ਅਲੈਕਮ ਬੋਲ ਚਲੋ ਬੋਲ ਕੀ ਹਾਲ ਹੈ ਠੀਕ ਬੈਠੇ ਆ ਰਸ ਗਿਆ ਹਲੋ ਹਲੋ ਬੋਲੋ ਜਨਾਬ ਕਿੱਥੇ ਜਾ ਰਹੇ ਹੋ ਬੋਲੋ ਕਿੱਥੇ ਜਾ ਰਹੇ ਹੋ